ਸ਼ਰਾਬ ਪਿਆਉਣ ਤੋਂ ਕੀਤਾ ਸੀ ਮਨਾ ਤਾਂ ਇੱਟਾਂ ਮਾਰ ਮਾਰ ਕੀਤਾ ਕਤਲ। ਡਰਾ ਧਮਕਾ ਕੇ ਮ੍ਰਿਤਕ ਦੇ ਮੁੰਡੇ ਦੀ ਵੀ ਕੀਤੀ ਕੁੱਟਮਾਰ। ਹਮਲੇ ਤੋਂ ਬਾਅਦ ਤਿੰਨੋਂ ਹਮਲਾਵਰ ਹੋ ਗਏ ਫਰਾਰ। ਤਾਂ ਦੱਸ ਦਈਏ ਕਿ ਇੱਕ ਸ਼ਖਸ ਨੂੰ ਸ਼ਰਾਬ ਪਿਆਉਣ ਤੋਂ ਮਨਾ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਦੱਸ ਦਈਏ ਕਿ ਇਹ ਸ਼ਖਸ ਜੋ ਕਿ ਪਿੰਡ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਰਸਤੇ 'ਚ ਉਸਨੂੰ ਤਿੰਨ ਬੰਦੇ ਸ਼ਰਾਬ ਪਿਆਉਣ ਦੇ ਲਈ ਕਹਿੰਦੇ ਨੇ। ਜਿਸਤੇ ਸ਼ਖਸ ਇਹਨਾਂ ਨੂੰ ਮਨਾ ਕਰ ਦਿੰਦਾ ਤਾਂ ਫਿਰ ਆਪਸ ਦੇ ਵਿੱਚ ਇਹਨਾਂ ਦੀ ਤਕਰਾਰ ਹੋ ਗਈ ਤੇ ਤਿੰਨਾਂ ਬੰਦਿਆਂ ਨੇ ਮਿਲ ਕੇ ਇਸ ਸ਼ਖਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਤੇ ਇੱਟਾਂ ਮਾਰ ਮਾਰ ਉਸਨੂੰ ਜ਼ਖਮੀ ਕਰ ਦਿੰਦੇ ਨੇ ਤੇ ਫਿਰ ਹਸਪਤਾਲ ਦੇ ਵਿੱਚ ਇਸ ਸ਼ਖਸ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਜਿੱਥੇ ਮ੍ਰਿਤਕ ਦੇ ਮੁੰਡੇ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਪਿਤਾ ਨੂੰ ਪਿੰਡ ਦੇ ਵਿੱਚ ਹੀ ਤਿੰਨ ਵਿਅਕਤੀਆਂ ਨੇ ਰੋਕ ਕੇ ਸ਼ਰਾਬ ਪਿਆਉਣ ਬਾਰੇ ਕਹਿਣ ਲੱਗੇ ਤਾਂ ਮੇਰੇ ਪਿਤਾ ਨੇ ਉਹਨਾਂ ਨੂੰ ਸ਼ਰਾਬ ਪਿਆਉਣ ਤੋਂ ਮਨਾ ਕਰ ਦਿੱਤਾ ਕਿ ਮੈਂ ਦਿਹਾੜੀਦਾਰ ਵਿਅਕਤੀ ਹਾਂ, ਮੇਰੇ ਘਰ ਦਾ ਗੁਜ਼ਾਰਾ ਹੀ ਮੁਸ਼ਕਿਲ ਦੇ ਨਾਲ ਚੱਲਦਾ ਹੈ, ਇਸ ਲਈ ਮੈਂ ਸ਼ਰਾਬ ਨਹੀਂ ਪਿਆ ਸਕਦਾ। ਤਾਂ ਇੰਨੀ ਗੱਲ ਸੁਣਦੇ ਹੀ ਉਹਨਾਂ ਨੇ ਮੇਰੇ ਪਿਤਾ ਦੇ ਸਿਰ ਦੇ ਵਿੱਚ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਹੇਠਾਂ ਸੁੱਟ ਕੇ ਠੁੱਡੇ ਵੀ ਮਾਰੇ। ਤਾਂ ਇਸ ਕੁੱਟਮਾਰ ਤੋਂ ਬਾਅਦ ਮੇਰੇ ਪਿਤਾ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ। ਤਾਂ ਜਦ ਮੈਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਲੈ ਕੇ ਗਿਆ ਤਾਂ ਇਹਨਾਂ ਨੇ ਮੈਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਤੂੰ ਉੱਥੇ ਜਾ ਕੇ ਕਿਸੇ ਨੂੰ ਦੱਸਿਆ ਕਿ ਸਾਡੀ ਲੜਾਈ ਹੋਈ ਹੈ ਤਾਂ ਅਸੀਂ ਤੈਨੂੰ ਵੀ ਜਾਨੋਂ ਮਾਰ ਦੇਵਾਂਗੇ। ਅੱਗੇ ਉਸਨੇ ਦੱਸਿਆ ਕਿ ਇਸ ਮੌਕੇ ਮੇਰੇ ਨਾਲ ਵੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਸਿਰ ਪੈਰ ਅਤੇ ਲੱਤਾਂ ਤੇ ਵੀ ਸੱਟਾਂ ਮਾਰੀਆਂ। ਇਸ ਸੰਬੰਧ ਦੇ ਵਿੱਚ ਪੁਲਿਸ ਨੇ ਕਿਹਾ ਕਿ ਬੀਤੇ ਦਿਨੀ ਰੂਪ ਲਾਲ ਦੀ ਮੌਤ ਹੋ ਗਈ। ਤਾਂ ਉਹਨਾਂ ਕਿਹਾ ਕਿ ਉਕਤ ਦੋਸ਼ੀਆਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਤਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਪਿੰਡ ਸ਼ੋਕਰਾਂ ਤੋਂ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸ਼ੋਕਰਾਂ ਵਿੱਚ ਰੂਪ ਲਾਲ ਸਨ ਆਫ ਜੀਤ ਰਾਮ ਦੀ ਜੋ ਡੈਥ ਹੋਈ ਆ, ਜੋ ਬੀਤੀ ਰਾਤ ਉਹਨੂੰ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ, ਸਿਰ ਵਿੱਚ ਇੱਟਾਂ ਮਾਰੀਆਂ ਸੀ, ਜਿਸ ਦੀ ਸਿਵਲ ਹੋਸਪਿਟਲ ਅਪਰਾ ਤੋਂ ਮਰਮ ਪੱਟੀ ਕਰਵਾ ਕੇ ਉਹਨੂੰ ਘਰ ਲੈ ਗਿਆ ਸੀ, ਪਰ ਅੱਜ ਉਹਦੀ 10-11 ਵਜੇ ਦੇ ਕਰੀਬ ਘਰ ਵਿੱਚ ਹੀ ਡੈਥ ਹੋ ਗਈ ਆ, ਜਿਸ 'ਤੇ ਮੈਂ ਸਮੇਤ ਚੌਂਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਅਤੇ ਹੋਰ ਪੁਲਿਸ ਪਾਰਟੀ ਦੇ ਅਸੀਂ ਰੂਪ ਲਾਲ ਦੇ ਘਰ ਪੁੱਜੇ ਹਾਂ, ਜਿੱਥੇ ਰੂਪ ਲਾਲ ਦੀ ਡੈੱਡ ਬੋਡੀ ਮਿਲੀ ਆ। ਜੋ ਡੈੱਡ ਬੋਡੀ ਨੂੰ ਚੈੱਕ ਕੀਤਾ ਗਿਆ, ਜਿਸ 'ਤੇ ਸਿਰ ਵਿੱਚ 2 ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀਆਂ ਆ। ਜੋ ਮੌਕੇ 'ਤੇ ਰੂਪ ਲਾਲ ਦੇ ਬੇਟੇ ਨੇ ਸਾਨੂੰ ਸਟੇਟਮੈਂਟ ਰਿਕਾਰਡ ਕਰਵਾਈ ਆ ਕਿ ਉਸਦੇ ਪਿਤਾ ਨੂੰ ਬੀਤੀ ਰਾਤ ਪੀਰ ਲੱਖ ਦਾਤਾ ਪਿੰਡ ਸ਼ੋਕਰਾਂ ਦੇ ਨੇੜੇ 3 ਨੌਜਵਾਨ ਜੋ ਜਿਸ ਵਿੱਚ ਕਮਲਜੀਤ ਭੁੱਲਾ ਅਤੇ ਸੁੱਚਾ ਰਾਮ ਅਤੇ ਜਸਵਿੰਦਰਪਾਲ ਜੱਸੀ ਨੇ ਕੁੱਟਮਾਰ ਕੀਤੀ ਆ, ਜੋ ਉਸਨੂੰ ਰੋਕ ਕੇ ਸ਼ਰਾਬ ਪਿਲਾਉਣ ਲਈ ਮਜਬੂਰ ਕਰਦੇ ਸੀ ਅਤੇ ਕਹਿੰਦੇ ਕਿ ਸਾਨੂੰ ਪੈਸੇ ਦਿਓ, ਪਰ ਉਹ ਕਹਿੰਦਾ ਸੀ ਕਿ ਮੇਰੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਆ, ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ, ਜਿਸ ਕਾਰਨ ਇਹਨਾਂ ਉਹਨੂੰ ਪਹਿਲਾਂ ਘਸਾਉਣ ਕੇ ਮਾਰੇ। ਫਿਰ ਜੋ ਸੁੱਚਾ ਰਾਮ ਅਤੇ ਜੋ ਇਹਦਾ ਸਾਥੀ ਸੀ ਕਮਲਜੀਤ ਭੁੱਲਾ, ਉਹਨੇ ਇਹਦੇ ਸਿਰ ਵਿੱਚ ਇੱਟਾਂ ਮਾਰੀਆਂ ਅਤੇ ਜਿਹੜਾ ਇਹਨਾਂ ਦਾ ਸਾਥੀ ਤੀਜਾ ਜਸਵਿੰਦਰਪਾਲ ਜੱਸੀ, ਉਸਨੇ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ, ਇਹਦੇ ਬੇਟੇ ਨੂੰ ਵੀ ਕੁੱਟਮਾਰ ਕੀਤੀ ਆ ਅਤੇ ਇਹਨੇ ਉਹਨੂੰ ਜੱਫਾ ਮਾਰਿਆ ਅਤੇ ਧਰਤੀ 'ਤੇ ਸੁੱਟ ਕੇ ਉਹਦੇ ਪੇਟ ਵਿੱਚ ਠੁੱਡੇ ਮਾਰਦਾ ਰਿਹਾ। ਜੋ ਇਹਨਾਂ ਨੂੰ ਡਰਾਇਆ ਗਿਆ ਸੀ ਕਿ ਤੁਸੀਂ ਸਿਵਲ ਹੋਸਪਿਟਲ 'ਚ ਜਾ ਕੇ ਦੱਸਿਆ
ਕਿ ਇਹਦੀ ਕੁੱਟਮਾਰ ਹੋਈ ਆ ਤਾਂ ਸੱਟਾਂ ਲੱਗੀਆਂ ਤਾਂ ਅਸੀਂ ਤੁਹਾਨੂੰ ਵੀ ਜਾਨੋਂ ਮਾਰ ਦੇਵਾਂਗੇ। ਜੋ ਇਹ ਬੀਤੀ ਰਾਤ CHC ਅਪਰਾ ਤੋਂ ਉਹਦੀ ਟ੍ਰੀਟਮੈਂਟ ਕਰਵਾ ਕੇ ਘਰ ਲੈ ਗਏ ਸੀ, ਜੋ ਗਰੀਬ ਆਦਮੀ ਸੀ ਅੱਗੋਂ ਆਪਣਾ ਇਲਾਜ ਚੰਗੀ ਤਰ੍ਹਾਂ ਨਹੀਂ ਕਰਵਾ ਸਕੇ ਸੀ, ਜੋ ਇਹਨਾਂ ਦੇ ਸਿਰ ਵਿੱਚ ਇੱਟਾਂ ਮਾਰਨ ਕਾਰਨ ਇਹਦੀ ਡੈਥ ਹੋਈ ਆ, ਜਿਸ ਦੇ ਸੰਬੰਧ ਵਿੱਚ ਅਸੀਂ ਹੁਣ ਜੋ BNS ਦੀਆਂ ਧਰਾਵਾਂ ਹੇਠ 103-351 Part 3 3-3 Part 5 BNS ਦੇ ਤਹਿਤ ਥਾਣਾ ਫਲੋਰ ਵਿੱਚ ਮੁਕੱਦਮਾ ਦਰਜ ਕਰ ਲਿਆ ਔਰ ਇਹ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ। ਸਰ ਕੋਈ ਗ੍ਰਿਫਤਾਰੀ ਹੋਈ? ਮੇਰੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਨੇ, ਅਸੀਂ ਜਲਦੀ ਅਰੈਸਟ ਕਰ ਲਵਾਂਗੇ। ਇਹ ਘਟਨਾ ਦੇਖੋ ਜੀ, ਅਸੀਂ ਰਹਿੰਦੇ ਉਰੇ ਬਾਗ ਵਾਲੇ ਮਹੱਲੇ, ਇਹ ਸਾਡੇ ਬ੍ਰਦਰ ਹੁਣੀ ਰਹਿੰਦੇ ਆ ਪਰੇ, ਹੋਰ ਅੱਗੇ ਮਹੱਲਾ ਉੱਧਰ ਰਹਿੰਦੇ ਆ। ਰਾਤ ਨੂੰ ਜੋ 9:30 ਦੀ ਗੱਲ ਹੈ, ਜਦੋਂ ਲੈਟ ਗਏ ਸੀਗੇ, ਇਹ ਉੱਥੇ ਬੈਠੇ ਸੀ, ਸਾਡੇ ਲੱਖਾਂ ਦੀ ਦਾਤੇ ਦੀ ਜਗ੍ਹਾ ਆ, ਉੱਥੇ ਬੈਠੇ ਦੇ ਬੈਠੇ ਬੁੱਠੇ ਦੇ ਪਤਾ ਨਹੀਂ ਆਪਸ ਵਿੱਚ ਕੀ ਗੱਲਬਾਤ ਹੋਈ ਆ, ਅਤੇ ਉੱਥੇ ਲੜ ਪਏ। ਉਹ 3 ਜਣੇ ਬੰਦੇ ਸੀਗੇ ਅਤੇ ਜਿਹਨਾਂ ਇਹਨੂੰ ਕੁੱਟਮਾਰ ਕੀਤੀ ਆ, ਇੱਕ ਦਾ ਨਾਂ ਸੀਗਾ ਉਹਨਾਂ ਦਾ ਸੁੱਚਾ ਰਾਮ, ਇੱਕ ਦਾ ਉਹਨੂੰ ਘੁੱਲੂ ਕਹਿੰਦੇ, ਪੱਕਾ ਨਾਮ ਮੈਨੂੰ ਪਤਾ ਨਹੀਂ ਹੈਗਾ, ਇੱਕ ਦਾ ਨਾਂ ਸੀਗਾ ਜੱਸੇ, ਅਤੇ ਮੇਰੇ ਬੜੇ ਬ੍ਰਦਰ ਦੇ ਛੋਟੇ ਮੇਰੇ ਭਤੀਜੇ ਮੁੰਡੇ ਹਲਕੇ ਹਲਕੇ ਸੀਗੇ, ਉਹ ਛੁਡਾਉਂਦੇ ਸੀਗੇ ਇੱਥੇ। ਪਹਿਲਾਂ ਉਹਨੇ ਉਹਦਾ ਫੋਨ ਤੋੜਿਆ, ਫਿਰ ਉਹਨਾਂ ਨੂੰ ਵੀ ਕੁੱਟਮਾਰ ਕੀਤੀ ਆ, ਅਤੇ ਯਾਨੀ ਕਿ ਫਿਰ ਉਹਨੇ ਉਹਦੇ ਸਿਰ ਦੇ ਵਿੱਚ ਕੈਟ ਮਾਰੀ ਇੱਕ ਜਣੇ ਨੇ, ਫਿਰ ਉਸ ਤੋਂ ਬਾਅਦ ਉਹਨੇ ਯਾਨੀ ਕਿ ਮੁੱਕੇ ਲੱਤਾਂ ਜੋ ਵੀ ਉਹਨਾਂ ਤੋਂ ਸਰਿਆ, 3 ਜਣੇ ਯਾਨੀ ਕੁੱਟਿਆ। ਜਦੋਂ ਕੁੱਟ ਗਏ ਉਹ, ਸਾਨੂੰ ਹੁਣ ਇੰਨੀ ਖਬਰ ਵੀ ਨਹੀਂ ਸੀਗੀ, ਉਹ ਨਿਆਣੇ ਇੱਥੇ ਛੋਟੇ ਸੀ, ਉਹ ਦਵਾ ਜਦੋਂ ਦੇਖਿਆ ਉਹਨੇ ਚੌਂਕ ਉਹ ਆਪਣੇ ਡਿਫੈਂਸਰੀ ਲੈ ਕੇ ਇੱਥੇ ਡਿਫੈਂਸ ਤੋਂ ਬਾਅਦ ਉਹ ਵੀ ਜਦੋਂ ਪੱਟੀਆਂ ਪੁੱਟੀਆਂ ਕਰਾਈ ਜਾਂਦੇ ਜਦੋਂ ਘਰ ਗਏ, ਅਤੇ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਗਏ, ਕਹਿੰਦੇ ਵੀ ਰੁਕੇ ਬੋਲਦੇ, ਜਦੋਂ ਗਏ ਤਾਂ ਉਹ ਮੌਤ ਉੱਤੇ ਪੂਰੇ ਹੋ ਚੁੱਕੇ ਸੀਗੇ। ਕਿਹੜੇ ਕਿਹੜੇ ਦੋਸ਼ੀ ਸੀ, ਕੌਣ ਕੌਣ ਇਹ 'ਚ? ਇੱਕ ਸੁੱਚਾ ਰਾਮ ਸੀਗਾ। ਕਿੰਨੀ ਉਮਰ ਉਹਦੀ? ਇਸ ਉਮਰ ਦਾ ਸੀ ਉਹ ਵੀ, ਇੰਨੇ ਕੁ ਤਾਂ 50 ਸਾਲ ਇੰਨੇ ਦਾ ਸੀਗਾ। ਦੂਸਰਾ ਅਤੇ ਇੱਕ ਘੁੱਲੂ ਸੀਗਾ, ਉਹਦਾ ਨਾਂ ਪੱਕਾ ਹੋ ਰਿਹਾ ਮੈਨੂੰ ਨਹੀਂ ਪਤਾ ਉਹਦਾ ਨਾਂ, ਬਾਹਰੋਂ ਆਇਆ ਬਰੀਨ 'ਚ ਉਹ। ਅਤੇ ਤੀਸਰਾ ਹੈਗਾ ਜੱਸੇ। ਇਹਨਾਂ ਦੇ ਕਿੰਨੇ ਜਿਹੜੇ ਮਰਨ ਵਾਲੇ ਆ, ਉਹਨਾਂ ਦੇ ਕਿੰਨੇ ਬੱਚੇ ਸੀ? 2 ਬੱਚੇ। ਉਹਨਾਂ ਦੇ 2 ਬੱਚੇ ਪੜ੍ਹਦੇ ਆ? ਇਹ ਛੋਟਾ ਪੜ੍ਹਦਾ ਆ, ਬੜਾ ਜਿੱਦਾਂ ਆਪਾਂ ਟਰੈਕਟਰ ਕੋਟ ਚਲਾਉਂਦਾ ਆ ਜਿੱਦਾਂ। ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ? ਹਾਂਜੀ, ਹਜੇ ਤੱਕ ਤਾਂ ਹੈਗੇ, ਕਾਰਵਾਈ ਕਰ ਰਹੇ ਆ, ਸਭ ਕੁਛ ਕਰ ਰਹੇ ਆ। 2 ਮੁਲਜ਼ਮ ਫੜ ਲਏ ਆ, ਫੜ ਲਏ ਜੀ, ਅਤੇ ਇੱਕ ਹਜੇ ਨਹੀਂ ਆਇਆ ਉੱਥੇ।